ਵੀਰੇ ਲੇਵੇ ਦਾ ਕਰਕੇ ਲੱਤਾਂ ਦਾ ਡਿਫਰੈਂਸ ਦੇਖੋ ਇੰਨਾ ਡਿਫਰੈਂਸ ਹੋਵੇ ਨਾ ਲੱਤਾਂ ਦਾ ਫਿਰ ਬਹੁਤ ਵਧੀਆ ਹੁੰਦੀ ਆ ਵੀਰੇ ਜਰਸੀ ਵਗੈਰਾ ਬੈੜ ਫਿਰ ਦੁੱਧ ਜ਼ਿਆਦਾ ਦਿੰਦੀਆਂ ਜੇ ਲੱਤਾਂ ਦੂਰ ਦੂਰ ਧਰ ਕੇ ਚੱਲਦੀਆਂ ਚੱਲ ਇੱਕ ਵਾਰ ਹੋਰ ਤੋੜ ਦੇ ਮੜਾ ਜਾ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆ ਵੀਰ ਜੀ ਅੱਜ ਮੈਂ ਔਲਖ ਡੇਅਰੀ ਫਾਰਮ 'ਤੇ ਖੜਾਂਗਾ ਆਪਣੇ ਆਪ ਦੇ ਫਾਰਮ 'ਤੇ ਆਹ ਮੇਰੇ ਕੋਲ ਜਰਸੀ ਬਰੀਡ ਦੀਆਂ ਗਾਵਾਂ ਗੀਆਂ ਇਹ ਗਾਵਾਂ ਕਿਉਂ ਆਹ ਮੇਰੇ ਕੋਲ ਦੋ ਬੈੜਾਂ ਤੋਂ ਗਾਹਾਂ ਦੋ ਹੋ ਗਈਆਂ ਹੁਣ ਇੱਕ ਬੱਚੀ ਹੋਰ ਆ ਮੇਰੇ ਕੋਲ ਫਾਰਮ 'ਤੇ ਇੱਕ ਬੱਚੀ ਐਤਕੀ ਵਾਰ ਆਈ ਆ ਐਤਕੀ ਮੈਂ ਇਹਨਾਂ ਦੇ ਤਿੰਨਾਂ ਦੇ ਪਰਲੀਆਂ ਦੇ ਇਹ ਹੁਣ ਦੁਬਾਰੇ ਕੱਢਣ ਹੋ ਰਹੀ ਆ ਗਾਂ ਇਹ ਹੁਣ ਡਰਾਈ 'ਚ ਕਰਨੀ ਆ ਇਹ ਗਾਂ ਆਪਾਂ ਜਿਹੜੀਆਂ ਤਿੰਨ ਆ ਉਹ ਤਾਜ਼ੀਆਂ ਸੂਈਆਂ ਆਪਣੇ ਫਾਰਮ ਦੇ ਉੱਪਰ ਉਹ ਭਰਦੀਆਂ ਤਿੰਨੇ ਇਕੱਲੀ ਇਕੱਲੀ ਬੈੜ ਦਿਖਾਵਾਂਗੇ ਤੁਹਾਨੂੰ ਜਰਸੀ ਇਹਨਾਂ ਦੀ ਹਾਈਟ ਘੱਟ ਹੁੰਦੀ ਆ ਥੋੜ੍ਹੀ ਜੀ ਅਤੇ ਇੱਕ ਸੀਲ ਬਹੁਤ ਹੁੰਦੀਆਂ ਠੰਡੀਆਂ ਬਹੁਤ ਹੁੰਦੀਆਂ ਹੈਗੀਆਂ ਚਾਹੇ ਬੱਚਾ ਵੀ ਇਹਨਾਂ ਦੇ ਥੱਲੇ ਆ ਜੇ ਕੋਈ ਐਂ ਨਹੀਂ ਇਵੇਂ ਲੱਤ ਚੱਕਦੀਆਂ ਇਹ ਗਾਂ ਇਹ ਬਰੀਡ ਇਸ ਤਰ੍ਹਾਂ ਦੀ ਆ ਹੁਣ ਜਿਹੜੀਆਂ ਉਹ ਤਿੰਨ ਆ ਉਹ ਤਿੰਨ ਇਸ ਵਾਰ ਸੂਈਆਂ ਆਪਣੇ ਫਾਰਮ ਦੇ ਉੱਪਰ ਆਪਣੇ ਫਾਰਮ 'ਤੇ ਇੱਕ ਬੱਚੀ ਆਈ ਆ ਦੋ ਬੱਚੇ ਆਏ ਆ ਵੀਰ ਜੀ ਨਹੀਂ ਅੱਜ ਐਤਕੀ ਇੱਕ ਦੋ ਵੀਰਾਂ ਨੂੰ ਦੇਣੀਆਂ ਸੀਗੀਆਂ ਜਰਸੀ ਬੈੜਾਂ ਕਹਿੰਦੇ ਬੱਚੀਆਂ ਦੇ ਦਿਓ ਸਾਨੂੰ ਪਰ ਨਾ ਹੋਣ ਦੇ ਬਾਵਜੂਦ ਹੁਣ ਮੇਰੇ ਕੋਲ ਇੱਕ ਬੱਚੀ ਹੈ ਇੱਕ ਪਹਿਲਾਂ ਦੇ ਸੂਏ ਦੀ ਬੱਚੀ ਇੱਕ ਹੋਣਾ ਗਾਹਾਂ ਫਿਰ ਗਾਹਾਂ ਨੂੰ 6 ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਹੌਲੀ ਹੌਲੀ ਜੇ ਕਿਸੇ ਨੂੰ ਲੋੜ ਹੋਈ ਆਪਾਂ ਬੱਚੀ ਦੇ ਦਿਆ ਕਰਾਂਗੇ ਵੀਰੇ ਅਤੇ ਆਹ ਬੈਡ ਆ ਜਿਹੜੀ ਆਪਣੇ ਕੋਲ ਰੋਨਾਲਡੋ ਸੀਮਨ ਸੀਗਾ ਇਹ ਆਪਣਾ ABS ਦਾ ਵੀਰੇ ਉਹਦੀ ਬੈਡ ਆ ਇਹ ਵੀ ਬਹੁਤ ਵਧੀਆ ਦੁੱਧ ਇਹਨੇ ਵੀ 22 ਤੋਂ 24 ਲੀਟਰ ਦੁੱਧ ਕੱਢਿਆ ਆਪਣੇ ਫਾਰਮ ਦੇ ਉੱਪਰ ਇਹ ਹੁਣ ਡਰਾਈ ਦੇ ਨੇੜੇ ਆ ਵੀਰੇ ਹੁਣ ਵੀ ਇਹ 15 ਲੀਟਰ ਦੁੱਧ 'ਤੇ ਚੱਲ ਰਹੀ ਆ ਡਰਾਈ ਦੇ ਨੇੜੇ ਆ ਜਿਹੜੀ ਆਹ ਬੈਡ ਆ ਇਹ ਥੋੜ੍ਹੀ ਜੀ ਇਹਦੇ ਨਾਲੋਂ ਵੱਡੀ ਆ ਇਹ ਆਪਣੇ ਕੋਲ ਇਸ ਟਾਈਮ ਵੀ ਇਹ ਥੋੜ੍ਹੇ ਦਿਨ ਹੋਇਆ ਇਹ ਸੂਈ ਨੂੰ ਫਾਰਮ 'ਤੇ ਇਸ ਟਾਈਮ ਵੀ ਆਰਡਰ ਉਡਰ ਦੇਖੋ ਇਹਦਾ ਕਿੰਨਾ ਸੋਹਣਾ ਗਾ ਆਪਾਂ ਤੋਰ ਕੇ ਹਾਂ ਇਹ ਆਪਣੇ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਮੈਂ ਇਹੀ ਲੈ ਕੇ ਆਇਆ ਸੀ ਫਾਰਮ 'ਤੇ ਇਹ ਆਪਣੇ ਫਾਰਮ ਦੇ ਉੱਪਰ ਕੱਢ ਰਹੀ ਆ 22 ਲੀਟਰ ਇਸ ਟਾਈਮ ਦੁੱਧ ਹੋਰ ਵੱਧ ਜਾਣਾ ਇਹਨੇ 24-25 ਲੀਟਰ 'ਤੇ ਚਲੀ ਜਾਣਾ ਆਹ ਦੋਨੇ ਫਸਟ ਲੈਕਟੇਸ਼ਨ ਆ ਬੈੜਾਂ ਇਹ ਪਿਛਲੀ ਵਾਰ ਮੈਂ PDFA ਮੇਲੇ 'ਤੇ ਵੀ ਲੈ ਕੇ ਆਇਆ ਸੀ ਆਹ ਹਿਸਾਰ ਬੌਂਡ ਦਾ ਸੀਮਨ ਸੀਗਾ ਵੀਰੇ ਉਸ ਟਾਈਮ ਇੰਪੋਰਟਡ ਸੈਮਨ ਅਵੇਲੇਬਲ ਹੈ ਨਹੀਂ ਸੀਗਾ ਹਿਸਾਰ ਬੌਂਡ ਦਾ ਸੀਮਨ ਸੀ ਇਹਦੀ ਹਾਈਟ ਦੇਖੋ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਆ ਪਹਿਲੇ ਸੂਏ ਆ ਉਮਰ ਵੀ ਬਹੁਤ ਘੱਟ ਹੈ ਇਹਦੀ ਇਹ ਦੋਂਦੀ ਵੀ ਆ ਇਹ ਦੰਦਾਂ ਦੀ ਵੀ ਦੋਂਦੀ ਆ ਉਮਰ ਵੀ ਘੱਟ ਆ ਇਹ ਵੀ ਦੋਂਦੀ ਆ ਵੀਰੇ ਇਹਨੂੰ ਲੰਪੀ ਬਹੁਤ ਜ਼ਿਆਦਾ ਹੋ ਗਈ ਸੀਗੀ ਇਹ ਹੈਗਾ ਗਾ ਬਰੁੱਕ ਦਾ ਸੀਮਨ ਬਰੁੱਕ ਸੀਮਨ ਸੀਗਾ ਇਹ ਵੀ ਜਰਸੀ ਦਾ ਪਿਓਰ ਸੀਮਨ ਸੀ ਇਹਨੂੰ ਲੰਪੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਹੁਣ ਇਹਨੂੰ ਸੂਈਆਂ ਨੂੰ ਹਜੇ ਕੱਟ ਚੱਲਿਆ ਨਹੀਂ ਦੋਨਾਂ ਨੂੰ ਇਹਨੂੰ ਤਾਂ ਹਜੇ 2-4 ਦਿਨ ਹੀ ਹੋਇਆ ਵੀਰੇ ਇਹਨੂੰ 15 ਦਿਨ ਦੇ ਨੇੜੇ ਹੋ ਗਏ ਇਹ 16 ਲੀਟਰ ਦੁੱਧ 'ਤੇ ਚੱਲ ਰਹੀ ਆ ਇਹ ਚੱਲ ਰਹੀ ਆ ਹਜੇ 16-17 ਦੇ ਚੱਲ ਰਹੀ ਆ ਇਹਨੇ ਵੱਧ ਜਾਣਾ ਇਹਨੇ 25-30 'ਤੇ ਚਲੇ ਜਾਣਾ ਇਹਨੇ ਹਜੇ 2 ਦਿਨ ਹੀ ਹੋਏ ਆ ਇਹਨੂੰ ਸੂਈ ਨੂੰ ਹੁਣ ਮੈਂ ਤੋਰ ਕੇ ਦਿਖਾਉਣਾ ਇਹ ਬੌਂਡ ਸੀਮਨ ਸੀ ਇਹਦੀ ਹਾਈਟ ਵਗੈਰਾ ਬਹੁਤ ਹੋਈ ਆ ਇਹ ਆਪਾਂ ਸੀਮਨ ਦੱਸਿਆ ਵੀਰੇ ਤੁਹਾਨੂੰ ਹੁਣ ਵੀ ਕਿਹੜਾ ਕਿਹੜਾ ਤਾਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਇਹਨਾਂ ਦੀ ਫੈਟ ਜ਼ਰੂਰ ਵੱਧ ਹੁੰਦੀ ਆ 5-0, 5-2, 3-4 ਤੱਕ ਫੈਟ ਆ ਜਾਂਦੀ ਇਹਨਾਂ ਦੀ ਦੁੱਧ ਸੰਘਣਾ ਹੁੰਦਾ ਜੇ ਕਿਸੇ ਨੇ ਘਰੇ ਵੀ ਰੱਖਣੀ ਹੋਵੇ ਵਧੀਆ ਬੈੜ ਆ ਘਿਓ ਵੀ ਚੰਗਾ ਨਿਕਲ ਆਉਂਦਾ ਵੀਰੇ ਇਹਨਾਂ ਉੱਪਰ ਵੀ ਅਤੇ ਆਹ ਖੋਲ੍ਹ ਕੇ ਦਿਖਾਉਣੇ ਆ ਹੁਣ ਤੁਹਾਨੂੰ ਤੋਰ ਕੇ ਦੱਸਦੇ ਹਾਂ ਅਸੀਂ ਇਹਦੇ ਬਾਰੇ ਵੀਰੇ ਇਹ ਪਿਛਲੇ ਸਾਲ ਆ ਇਹ ਖੋਲ੍ਹਦੇ ਮੜਾ ਜਿਹਾ ਇਹਨੂੰ ਇਹ ਬੈੜ ਆ ਜਿਹੜੀ ਆ ਮੈਂ ਮੇਲੇ 'ਤੇ ਵੀ ਲੈ ਗਿਆ ਪਿਛਲੇ ਸਾਲ PDFA ਦੇ ਵੀਰੇ PDFA 'ਤੇ ਇਹਨੇ 6ਵਾਂ ਨੰਬਰ ਲਾਇਆ ਸੀਗਾ ਬਹੁਤ ਜ਼ਿਆਦਾ ਬੈੜਾਂ ਆਈਆਂ ਹੋਈਆਂ ਸੀਗੀਆਂ ਉਦੋਂ 6ਵਾਂ ਨੰਬਰ ਲਾਇਆ ਸੀ 6th ਪੋਜੀਸ਼ਨ ਪਾਈ ਤੋਰ ਇਹਨੂੰ ਥੋੜ੍ਹਾ ਹਾਇਆ ਤੋਰ ਦੇਖੋ ਆਰਡਰ ਵਗੈਰਾ ਦੀ ਕੁਆਲਿਟੀ ਵਗੈਰਾ ਬਹੁਤ ਆ ਵੀਰੇ ਦੁੱਧ ਬਹੁਤ ਕੱਢਣਾ ਇਹਨੇ ਇਹ ਬੌਂਡ ਸੀਮਨ ਸੀ ਹਿਸਾਰ ਦਾ ਵੀਰੇ ਐਤਕੀ ਯਾਰ ਇਸਨੇ ਬੱਚੀ ਦਿੱਤੀ ਹੈ ਵੀਰੇ ਬਾਲਕੋਨੋ ਸੀਮਨ ਲਾਇਆ ਸੀ ਬਾਲਕੋਨੋ ਸੀਮਨ ਦੇਖੋ ਜਿਹੜੀ ਬੱਚੀ ਐਂ ਚੱਲਦੀ ਹੋਵੇ ਨਾ ਦੁੱਧ ਬਹੁਤ ਵਧੀਆ ਆਉਂਦੀ ਹੈ ਲੱਤਾਂ ਉਹ ਕਰਕੇ ਵੀਰੇ ਵੀਰੇ ਲੇਵੇ ਦਾ ਕਰਕੇ ਲੱਤਾਂ ਦਾ ਡਿਫਰੈਂਸ ਦੇਖੋ ਇੰਨਾ ਡਿਫਰੈਂਸ ਹੋਵੇ ਨਾ ਲੱਤਾਂ ਦਾ ਫਿਰ ਬਹੁਤ ਵਧੀਆ ਹੁੰਦੀ ਆ ਵੀਰੇ ਜਰਸੀ ਵਗੈਰਾ ਬੈੜ ਫਿਰ ਦੁੱਧ ਜ਼ਿਆਦਾ ਦਿੰਦੀਆਂ ਜੇ ਲੱਤਾਂ ਦੂਰ ਦੂਰ ਧਰ ਕੇ ਚੱਲਦੀਆਂ ਚੱਲ ਇੱਕ ਵਾਰ ਹੋਰ ਤੋੜ ਦੇ ਮੜਾ ਜਾ ਇਹਨੂੰ ਇਹਦੀ ਹਾਈਟ ਵੀ ਦੂਜਿਆਂ ਨਾਲ ਮੇਰੇ ਕੋਲ ਘੱਟ ਹਾਈਟ ਵਾਲੀਆਂ ਸੀ ਥੋੜ੍ਹੀ ਜਿਹੀ ਇਹਦੀ ਹਾਈਟ ਦੂਜਿਆਂ ਬੱਚਿਆਂ ਨੂੰ ਜ਼ਿਆਦਾ ਗਈ ਦੇਖਿਓ ਇਹਦੀ ਚਾਲ ਬਹੁਤ ਸੋਹਣੀ ਆ ਵੀਰੇ ਚੱਲ ਬੰਨ ਦੇ ਵਿੱਕੀ ਆਹ ਦੇਖੋ ਜੀ ਇਹ ਹੈਗੀ ਹੈ ਉਹਨਾਂ ਤੋਂ ਇਹ ਉਹਦੀ ਮਦਰ ਆ ਵੀਰੇ ਦੇਖੋ ਇਹਦਾ ਆਰਡਰ ਵੀ ਦੇਖੋ ਬਹੁਤ ਸੋਹਣਾ ਆਰਡਰ ਆ ਵੀਰੇ ਇਹਦਾ ਇਹ ABS ਰੋਨਾਲਡੋ ਦੀ ਸੀਗੀ ਵੀਰੇ ਇਹ ਵੀ ਦੁੱਧ ਬਹੁਤ ਕੱਢਦੀ ਆ ਵੀਰੇ ਸੀਲ ਵੀ ਠੰਡੀ ਠੰਡੇ ਸੁਭਾਅ ਦੀ ਆ ਇਹ ਠੰਡੇ ਨੇਚਰ ਦੀਆਂ ਹੁੰਦੀਆਂ ਵੀਰੇ ਇਹ ਕਦੇ ਕੋਈ ਪ੍ਰੋਬਲਮ ਨਹੀਂ ਕਦੇ ਮਸਟੈਂਡਸ ਦੀ ਪ੍ਰੋਬਲਮ ਨਹੀਂ ਆਈ ਕੋਈ ਮੈਡੀਸਨ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ ਇਹਨਾਂ 'ਤੇ
ਕਈ ਵਾਰ ਆਪਾਂ ਵੀਰੇ ਹਿਮਾਚਲ ਤੋਂ ਵੀ ਖਰੀਦ ਕੇ ਲਿਆਉਣੇ ਹੁੰਦੇ ਆ ਬੈੜਾ, ਉਹ ਜ਼ਿਆਦਾ ਦੁੱਧ ਨਹੀਂ ਕੱਢਦੇ ਹੁੰਦੇ ਆ, 12-15 ਲੀਟਰ ਹੀ ਦੁੱਧ ਦਿੰਦੀਆਂ ਹੁੰਦੀਆਂ ਗੀਆਂ। ਤੁਸੀਂ ਐਂ ਦੇਖੋ ਲੈ ਵੀ ਇੱਥੇ ਜਦੋਂ ਆਪਾਂ ਸੀਮਣ ਇਹਨਾਂ 'ਤੇ ਵੀ ਵਧੀਆ ਭਰਾਉਣ ਲੱਗ ਜਾਂਦੇ ਹਾਂ, ਹੌਲੀ ਹੌਲੀ ਆਪਾਂ ਕੁਆਲਿਟੀ ਮੇਨਟੇਨ ਕਰਨ ਲੱਗ ਜਾਂਦੇ ਹਾਂ। ਜਦੋਂ ਆਪਾਂ ਵਧੀਆ ਸੀਮਣ ਭਰਾਵਾਂਗੇ ਹੌਲੀ ਹੌਲੀ ਦੁੱਧ ਵਧੂਗਾ। ਦੇਖੋ ਬੱਚਿਆਂ ਦੀ ਦੋਨਾਂ ਦੀ ਹਾਈਟ ਦਾ ਵੀ ਫਰਕ ਹੈ, ਜਿਹੜੀਆਂ ਪਰਲੇ ਸਾਈਡ 'ਤੇ ਦੋ ਬੱਚਿਆਂ ਗੀਆਂ, ਜਿਹੜੀ ਉਹ ਪਰਲੀ ਬੱਚੀ ਆ ਉਹਨੂੰ ਲੰਪੀ ਬਹੁਤ ਜ਼ਿਆਦਾ ਹੋਈ ਸੀ, ਉਹ ਐਂ ਸੀਗੀ ਉਹਦੀ ਪੋਜੀਸ਼ਨ ਉੱਠ ਵੀ ਨਹੀਂ ਸਕਦੀ, 12-15 ਦਿਨ ਉਹਨੂੰ ਲੰਪੀ ਰਹੀ ਆ ਉਹ ਸਿਰੇ ਵਾਲੀ ਬੈਡ ਨੂੰ। ਦਿਖਾ ਦੇ ਇੱਕ ਵਾਰ, ਉਹਦੇ ਹਜੇ ਵੀ ਸਪੋਟ ਹੈਗੇ ਥੋੜ੍ਹੇ ਥੋੜ੍ਹੇ ਪਿੰਡ ਬੋਡੀ ਦੇ ਉੱਪਰ, ਆ ਜਿਹੜੇ ਬਰੀਕ ਬਰੀਕ ਸਪੋਟ ਆ ਬੋਡੀ ਦੇ ਉੱਪਰ, ਇਹ ਲੰਪੀ ਦੇ ਹੀ ਹੈ ਵੀਰੇ। ਇਹ ਇੰਨੀ ਜ਼ਿਆਦਾ ਲੰਪੀ ਹੋਣ ਦੇ ਬਾਵਜੂਦ ਵੀ ਇਹ ਬਹੁਤ ਵਧੀਆ ਆਰਡਰ ਕੱਢਿਆ ਇਹਨੇ। ਅਤੇ ਆਹ ਦੇਖੋ ਇਹ ਇਹਨੂੰ ਲੰਪੀ ਤੋਂ ਬੱਚਤ ਸੀਗੀ, ਇਹਦੇ ਵੀ ਸਪੋਟ ਤਾਂ ਹੋ ਗਏ ਸੀ ਪਰ ਫਿਰ ਵੀ ਵਧੀਆ ਰਹੀਆਂ ਇਹ ਦੋਨੇ ਬੈੜਾਂ ਦੀ ਹਾਈਟ ਵੀ ਜ਼ਿਆਦਾ ਆ। ਅਗਲੇ ਸੂਏ ਹੋਰ ਵੀ ਦੁੱਧ ਦੇਣਗੀਆਂ ਵੀਰੇ, ਉਹਦਾ ਵੀ ਦੁੱਧ 20+ ਹੋ ਜਾਣਾ, ਇਹਦਾ ਦੁੱਧ 20-25+ ਜਾਣਾ ਵੀਰੇ ਆ ਜਿਹੜੀ ਆਹ ਬੈੜ ਆ। ਅਤੇ ਆਹ ਦੋਨੇ ਬੈੜਾਂ ਇਹ ਡਰਾਈ ਕਰੀ ਹੋਈ ਆ, ਇਹ ਬੈੜ ਨੇ ਵੀ ਗਾਹਾਂ ਆਉਣ ਵਾਲੇ ਸਾਈਮ ਸੁਣਾ ਵੀਰੇ, ਇਹ ਵੀ ਬਹੁਤ ਵਧੀਆ ਬੈੜ ਆ। ਕਈ ਵਾਰ ਬੰਦੇ ਆਪਾਂ ਨੂੰ ਐਂ ਹੁੰਦਾ ਲੈ ਵੀ ਆਪਾਂ ਜਰਸੀ ਬੈੜਾਂ ਖਰੀਦਣੀਆਂ ਗੀਆਂ, ਹੌਲੀ ਹੌਲੀ ਤੁਸੀਂ 1-2 ਬੈੜਾਂ ਲੈ ਕੇ ਵੀ ਗਾਹਾਂ ਆਪਦੀ ਬਰੀਡ ਤਿਆਰ ਕਰ ਸਕਦੇ ਹੋ ਜੇ ਚੰਗੀ ਬਰੀਡ ਤਿਆਰ ਕਰਨੀ ਆ। ਠੰਡੀ ਬਰੀਡ ਦੀਆਂ ਹੁੰਦੀਆਂ, ਇਹਨਾਂ ਦੀ ਫੈਟ ਜ਼ਿਆਦਾ ਹੁੰਦੀ ਆ ਵੀਰੇ, ਐਂ ਨਹੀਂ ਹੈਗੀਆਂ ਲੈ ਵੀ ਇਹ ਜ਼ਿਆਦਾ ਫਾਰਮ 'ਤੇ ਭੱਜ ਨੱਠ ਕਰਦੀਆਂ, ਕੋਈ ਐਂ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰਦੀਆਂ ਲੈ ਵੀ। ਹੁਣ ਤੁਸੀਂ ਐਂ ਦੇਖੋ ਵੀਰੇ ਯਾਰ, ਪਹਿਲੇ ਸੂਏ ਹੀ ਆਪਦੀ ਮਦਰ ਦੇ ਬਰਾਬਰ ਦੁੱਧ ਦੇਣ ਲੱਗ ਗਈਆਂ, ਇਹ ਫਸਟ ਲੈਕਟੇਸ਼ਨ ਆ, ਨਾ ਇਸ ਵਾਰ ਲੰਪੀ ਦੀ ਪ੍ਰੋਬਲਮ ਜ਼ਿਆਦਾ ਆ ਗਈ ਸੀ, ਤਾਂ ਵੀ ਇਹ ਅਗਲੇ ਸੂਏ ਇਹਨਾਂ ਨੇ ਹੋਰ ਦੁੱਧ ਵੱਧ ਜਾਣਾ ਵੀਰੇ। ਆਪਾਂ ਹੁਣ ਐਤਕੀ ਸਾਰਿਆਂ ਦੇ ਇੰਪੋਰਟਡ ਸੀਮਾਂ ਲਾਵਾਂਗੇ, ਅਗਲੇ ਸਾਲ ਬੱਚੀਆਂ ਆ ਗਈਆਂ ਤਾਂ ਆਪਾਂ ਜੇ ਕਿਸੇ ਵੀਰ ਨੂੰ ਲੋੜ ਹੋਈ ਆਪਾਂ ਦੇ ਵੀ ਦੇਵਾਂਗੇ ਬੱਚੀ ਅਗਲੇ ਸਾਲ, ਕਿਉਂ ਇਸ ਸਾਲ ਆਪਣੇ ਕੋਲ ਬੱਚੀ ਇੱਕੋ ਹੀ ਆਈ ਆ ਵੀਰੇ, ਤਾਂ ਕਰਕੇ ਲਵੀ ਜਰਸੀ ਦੀ ਬੱਚੀ ਇਸ ਸਾਲ ਆਪਣੇ ਕੋਲ ਸੇਲ ਵਾਸਤੇ ਹੈ ਨਹੀਂਗੀ, ਅਗਲੇ ਸਾਲ ਆਪਾਂ ਜ਼ਰੂਰ ਸੇਲ ਕਰਾਂਗੇ। ਬਾਕੀ ਵੀਰ ਜੀ ਅੱਜ ਵੀਡੀਓ ਦੇ ਵਿੱਚ ਆਪਾਂ ਇਕੱਲੀਆਂ ਜਰਸੀ ਗਾਵਾਂ ਦਿਖਾਈਆਂ, ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ। ਆਪਣਾ ਚੈਨਲ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।